ਕਿਉਂਕਿ ਅੱਜ ਤੋਂ ਪਹਿਲਾਂ ਦੋ ਵਾਰ ਵੀਰ ਜੀ ਪਹਿਲਾਂ ਵੀ ਭੁੱਖ ਹੜਤਾਲ ਫੈਸਲੇ ਲਈ ਰੱਖ ਚੁੱਕੇ ਨੇ। 24 ਸਾਲਾਂ ਬਾਅਦ ਵੀ ਜੇ ਆਪਣੇ ਫੈਸਲੇ ਦੇ ਲਈ ਵੀਰ ਜੀ ਨੂੰ ਭੁੱਖ ਹੜਤਾਲ ਰੱਖਣੀ ਪੈਂਦੀ ਹੈ ਤਾਂ ਇਹ ਸਾਡੀਆਂ ਸਿੱਖ ਸੰਸਥਾਵਾਂ ਦੇ ਲਈ, ਸ਼੍ਰੋਮਣੀ ਕਮੇਟੀ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। 11 ਜਨਵਰੀ ਤੋਂ ਸ਼ੁਰੂ ਕਰਨਗੇ ਬਲਵੰਤ ਸਿੰਘ ਰਾਜੋਆਣਾ ਭੁੱਖ ਹੜਤਾਲ। 8 ਸਾਲ ਤੋਂ ਪੈਂਡਿੰਗ ਪਈ ਹੈ ਰਾਸ਼ਟਰਪਤੀ ਕੋਲ ਅਪੀਲ। ਬਿਆਨ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ 'ਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ 11 ਜਨਵਰੀ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਭੁੱਖ ਹੜਤਾਲ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਈ 8 ਸਾਲ ਤੋਂ ਅਪੀਲ ਦੀ ਹੈ। ਰਾਜੋਆਣਾ ਦੀ ਭੈਣ ਨੇ ਦੱਸਿਆ ਕਿ 2 ਵਾਰ ਪਹਿਲਾਂ ਵੀ ਰਾਜੋਆਣਾ ਭੁੱਖ ਹੜਤਾਲ ਕਰ ਚੁੱਕੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਨਹੀਂ ਚਾਹੁੰਦੇ ਕਿ ਰਾਜੋਆਣਾ ਤੀਜੀ ਵਾਰ ਭੁੱਖ ਹੜਤਾਲ ਤੇ ਬੈਠਣ। 11 ਜਨਵਰੀ ਨੂੰ ਵੀਰ ਜੀ ਨੇ ਭੁੱਖ ਹੜਤਾਲ ਸ਼ੁਰੂ ਕਰਨੀ ਆ ਇਸ ਲਈ ਕਿ ਪਿਛਲੇ 8 ਸਾਲਾਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲੇ ਅਪੀਲ ਪਾਈ ਆ ਉਹ ਪਿਛਲੇ 8 ਸਾਲਾਂ ਤੋਂ ਗ੍ਰਹਿ ਮੰਤਰਾਲੇ ਦੇ ਕੋਲੇ ਪੈਂਡਿੰਗ ਆ ਉਸ 'ਤੇ ਫੈਸਲਾ ਨਹੀਂ ਆਇਆ ਹੈਗਾ ਅਤੇ 11 ਤਰੀਕ ਨੂੰ ਵੀਰ ਜੀ ਨੇ ਭੁੱਖ ਹੜਤਾਲ ਸ਼ੁਰੂ ਕਰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਜੋ 8 ਸਾਲਾਂ ਤੋਂ ਫੈਸਲਾ ਨਹੀਂ ਲੈ ਸਕੇ ਆਪਣੀ ਅਪੀਲ ਵਾਪਸ ਲੈਣ ਅਤੇ ਅਸੀਂ ਪਰਿਵਾਰ ਇਸ ਲਈ ਆਏ ਹਾਂ ਸਾਡੀ ਕੋਸ਼ਿਸ਼ ਇਹ ਆ ਕਿ ਇਸ ਲਈ ਆਉਣਾ ਪਿਆ ਕਿ ਵੀਰ ਜੀ ਨੂੰ ਤੀਸਰੀ ਵਾਰ ਭੁੱਖ ਹੜਤਾਲ ਨਾ ਰੱਖਣੀ ਪਵੇ ਕਿਉਂਕਿ ਅੱਜ ਤੋਂ ਪਹਿਲਾਂ 2 ਵਾਰ ਵੀਰ ਜੀ ਪਹਿਲਾਂ ਵੀ ਭੁੱਖ ਹੜਤਾਲ ਫੈਸਲੇ ਲਈ ਰੱਖ ਚੁੱਕੇ ਨੇ। 24 ਸਾਲਾਂ ਬਾਅਦ ਵੀ ਜੇ ਆਪਣੇ ਫੈਸਲੇ ਦੇ ਲਈ ਵੀਰ ਜੀ ਨੂੰ ਭੁੱਖ ਹੜਤਾਲ ਰੱਖਣੀ ਪੈਂਦੀ ਹੈ ਤਾਂ ਇਹ ਸਾਡੀਆਂ ਸਿੱਖ ਸੰਸਥਾਵਾਂ ਦੇ ਲਈ, ਸ਼੍ਰੋਮਣੀ ਕਮੇਟੀ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਕੀ ਲੱਗਦਾ ਕਿਉਂ ਸ਼੍ਰੋਮਣੀ ਅਕਾਲੀ ਦਲ ਜਾਂ SGPC ਜਿਹੜੀ ਹੈਗੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਇਸ ਚੀਜ਼ ਨੂੰ ਲੈ ਕੇ ਸਹੀ ਤਰੀਕੇ ਨਾਲ ਅੱਗੇ ਨਹੀਂ ਲੈ ਕੇ ਜਾ ਪਾ ਰਹੀ? ਕੀ ਲੱਗਦਾ ਕਿ ਰਾਜਨੀਤੀ ਕੀਤੀ ਜਾ ਰਹੀ? ਅਸੀਂ ਹਾਂ ਬਿਲਕੁਲ ਜੀ ਰਾਜਨੀਤੀ, ਅਸੀਂ 8 ਸਾਲਾਂ ਦੇ ਵਿੱਚ ਇਹੀ ਦੱਸਣਾ ਚਾਹੁੰਦੇ ਹਾਂ ਕਿ 2 ਵਾਰ ਵੀਰ ਜੀ ਨੇ ਜਦੋਂ ਭੁੱਖ ਹੜਤਾਲ ਰੱਖੀ ਕਿਰਪਾਲ ਸਿੰਘ ਬਡੂੰਗਰ ਹੋਣਾ ਨੇ ਵੀ ਲਿਖਤੀ ਭਰੋਸਾ ਦਿੱਤਾ ਕਿ ਅਸੀਂ ਜਾਵਾਂਗੇ ਪਰ ਕੋਈ ਉਹਦੇ 'ਤੇ ਉਸ ਤੋਂ ਬਾਅਦ ਫੈਸਲਾ ਨਹੀਂ ਕਰਵਾ ਸਕੀ ਉਹ। ਫਿਰ ਉਸ ਤੋਂ ਬਾਅਦ ਵੀਰ ਜੀ ਨੇ ਭੁੱਖ ਹੜਤਾਲ ਰੱਖੀ ਤਾਂ ਗੋਬਿੰਦ ਸਿੰਘ ਲੌਂਗੋਵਾਲ ਨੇ ਲਿਖਤੀ ਭਰੋਸਾ ਦਿੱਤਾ ਕਿ ਜੇ 1.5 ਮਹੀਨੇ ਦੇ ਵਿੱਚ ਫੈਸਲੇ 'ਤੇ ਕੋਈ ਕਾਰਵਾਈ ਹੋਈ ਨਹੀਂ ਤਾਂ ਅਸੀਂ ਦੁਬਾਰਾ ਜਾਵਾਂਗੇ, ਉਹ ਵੀ ਨਹੀਂ ਗਏ ਹੈਗੇ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦੂਸਰੀ ਵਾਰ ਆਦੇਸ਼ ਹੋਇਆ 26/11/2018 ਨੂੰ ਕਿ ਸ਼੍ਰੋਮਣੀ ਕਮੇਟੀ ਵੀਰ ਜੀ ਦਾ ਫੈਸਲਾ ਕਰਵਾਵੇ ਅਤੇ ਵੀਰ ਜੀ ਦੇ ਰਿਹਾਈ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ 'ਤੇ ਪ੍ਰਕਾਸ਼ ਪੁਰਬ 'ਤੇ ਸੰਭਵ ਯਤਨ ਕੀਤੇ ਜਾਣ। 1 ਸਾਲ ਹੋ ਗਿਆ ਇਸ ਹੁਕਮ ਆਦੇਸ਼ ਨੂੰ ਤਾਂ ਵੀ ਮਤਲਬ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਯਤਨ ਨਹੀਂ ਕੀਤੇ। ਜਦੋਂ ਮਤਲਬ ਕਿ ਅਸੀਂ ਇਹਨਾਂ ਦੇ ਕੋਲੋਂ ਸੁਪਰੀਮ ਕੋਰਟ ਦਾ ਐਡਵੋਕੇਟ ਵੀ ਅਸੀਂ ਕਿਹਾ ਸੀ ਕਿ ਸਾਨੂੰ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਮੁਹੱਈਆ ਕਰਵਾਏ ਜਾਣ ਤਾਂ ਕਿ ਅਦਾਲਤ 'ਚ ਜਾ ਕੇ ਵੀਰ ਜੀ ਦੇ ਇਸ ਕੇਸ ਦਾ ਫੈਸਲਾ ਅਸੀਂ ਲੈ ਸਕੀਏ, ਸਾਨੂੰ ਇਸ ਤਰ੍ਹਾਂ ਦੇ ਵੀ ਐਡਵੋਕੇਟ ਵੀ ਮੁਹੱਈਆ ਨਹੀਂ ਕਰਵਾ ਸਕੀ। ਪਰ ਇਹਦੇ ਵਿੱਚ ਹੀ ਮਤਲਬ ਕਿ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ 'ਤੇ ਜਦੋਂ ਮਤਲਬ ਕਿ ਨੋਟੀਫਿਕੇਸ਼ਨ ਕੇਂਦਰ ਨੇ ਜਾਰੀ ਕਰ ਦਿੱਤਾ ਉਸ ਤੋਂ ਬਾਅਦ ਵੀ ਸਾਡਾ ਰੋਸ ਇਹ ਆ ਕਿ ਇਸ 'ਤੇ ਜਦੋਂ ਹੋਇਆ ਤਾਂ ਇੱਕ ਬੰਦੇ ਦੇ ਵਿਰੋਧ ਸ਼ਾਸਿਤ ਤਰੀਕੇ ਨਾਲ ਸ਼ੁਰੂ ਹੋਇਆ ਅਤੇ ਸਾਡੀਆਂ ਸੰਸਥਾਵਾਂ ਖਾਲਸਾ ਪੰਥ ਸ਼੍ਰੋਮਣੀ ਕਮੇਟੀ ਕਿ ਸਾਰਿਆਂ 'ਤੇ 1 ਬੰਦੇ ਦਾ ਵਿਰੋਧ ਭਾਰੂ ਪੈ ਗਿਆ। ਪਰ ਫਿਰ ਵੀ ਸਾਡਾ ਰੋਸ ਇਹ ਆ ਕਿ ਇਹ ਸਾਰੇ ਦੇ ਬਾਵਜੂਦ ਵੀ ਹੁਣ ਤੱਕ ਵੀਰ ਜੀ ਦੇ ਇਸ ਫੈਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗ੍ਰਹਿ ਮੰਤਰਾਲੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ, ਇਸ ਫੈਸਲੇ ਨੂੰ ਕਰਵਾਉਣ ਦੇ ਵਿੱਚ ਕੋਈ ਯਤਨ ਨਹੀਂ ਕੀਤੀ ਹੈਗੀ, ਕੋਈ ਸਿਹਰਦ ਯਤਨ ਇੱਕ ਵੀ ਅਸੀਂ ਦੇਖਿਆ ਨਹੀਂ ਹੈਗਾ। ਅਸੀਂ ਪਰਿਵਾਰ ਇਸ ਲਈ ਆਏ ਹਾਂ ਕਿ ਤੀਸਰੀ ਵਾਰ ਵੀਰ ਜੀ ਨੂੰ ਭੁੱਖ ਹੜਤਾਲ ਨਾ ਕਰਨੀ ਪਵੇ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੀਰ ਜੀ ਦਾ ਫੈਸਲਾ ਕਰਵਾਵੇ ਤਾਂ ਕਿ ਜੇਕਰ ਤੀਸਰੀ ਵਾਰ ਵੀਰ ਜੀ ਨੂੰ 24 ਸਾਲ ਜੇਲ੍ਹ 'ਚ ਬੰਦ ਹੋ ਗਏ, 13 ਸਾਲਾਂ ਤੋਂ ਫਾਂਸੀ ਚੱਕੀ ਦੇ ਵਿੱਚ ਬੰਦ ਬੈਠੇ ਨੇ, ਜੇ ਤੀਸਰੀ ਵਾਰ ਵੀ ਆਪਣੇ ਫੈਸਲਾ ਕਰਵਾਉਣ ਦੇ ਲਈ ਵੀਰ ਜੀ ਨੂੰ ਭੁੱਖ ਹੜਤਾਲ ਰੱਖਣੀ ਪੈਂਦੀ ਆ ਤਾਂ ਇਹ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਲਈ ਸ਼ਰਮਨਾਕ ਗੱਲ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਸੁਣੀ ਜਾਂਦੀ ਹੈ ਜਾਂ ਨਹੀਂ, ਜਾਂ ਫਿਰ ਉਹ ਮਜਬੂਰਨ 11 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠਣਗੇ। ਤੁਹਾਨੂੰ ਦੱਸ ਦਈਏ ਕਿ ਰਾਜੋਆਣਾ ਪਹਿਲਾਂ ਵੀ 2 ਵਾਰ ਭੁੱਖ ਹੜਤਾਲ 'ਤੇ ਬੈਠ ਚੁੱਕੇ ਨੇ ਪਰ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਤੇ ਉਹਨਾਂ ਦੀ ਅਪੀਲ 'ਤੇ ਕੋਈ ਸੁਣਵਾਈ ਨਹੀਂ ਹੋਈ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।